ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਚਾਰਜ ਸੰਭਾਲਿਆ। ਅਮਿਤ ਸ਼ਾਹ ਨੇ ਸਹਿਕਾਰਤਾ ਮੰਤਰਾਲੇ ਦਾ ਵੀ ਲਿਆ ਚਾਰਜ। ਜੇਪੀ ਨੱਡਾ ਨੇ ਸਿਹਤ ਮੰਤਰਾਲੇ ਦਾ ਲਿਆ ਚਾਰਜ। ਪਹਿਲਾਂ ਮਨਸੁਖ ਮਾਂਡਵੀਆ ਦੇ ਕੋਲ ਸੀ ਸਿਹਤ ਵਿਭਾਗ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਵੀ ਨੇ ਛੱਡਿਆ ਨੱਡਾ। ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਮੰਤਰੀ ਦਾ ਸਾਂਭਿਆ ਕਾਰਜਭਾਰ। ਬੋਲੇ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਕਲਿਆਣ ਦੇ ਲਈ ਕਰ ਰਹੀ ਹੈ ਕੰਮ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਮੋਦੀ ਸਰਕਾਰ ਦਾ ਸੰਕਲਪ। ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਨੇ ਊਰਜਾ ਮੰਤਰਾਲੇ ਦਾ ਸਾਂਭਿਆ ਚਾਰਜ। ਸ਼ਹਿਰੀ ਵਿਕਾਸ ਤੇ ਬਿਜਲੀ ਮੰਤਰੀ ਬਣੇ ਨੇ ਮਨੋਹਰ ਲਾਲ। ਰਵਨੀਤ ਵਿੱਟੂ ਨੇ ਰੇਲ ਰਾਜ ਮੰਤਰੀ ਵਜੋਂ ਲਿਆ ਚਾਰਜ। ਬੋਲੇ ਰੇਲਵੇ ਅਮੀਰ ਗਰੀਬ ਸਭ ਦੇ ਨਾਲ ਜੁੜਿਆ ਹੋਇਆ ਵਿਭਾਗ। ਤਕਨੀਕ ਦੇ ਇਸਤੇਮਾਲ ਦੇ ਨਾਲ ਵਿਕਾਸ 'ਤੇ ਰਹੇਗਾ ਜ਼ੋਰ। ਐਸ ਜੈਸ਼ੰਕਰ ਨੇ ਮੁੜ ਵਿਦੇਸ਼ ਮੰਤਰੀ ਵਜੋਂ ਲਿਆ ਚਾਰਜ। ਬੋਲੇ ਪੀਐਮ ਮੋਦੀ ਦੀ ਵਿਦੇਸ਼ ਨੀਤੀ ਯਕੀਨੀ ਤੌਰ 'ਤੇ ਹੋਵੇਗੀ ਸਫਲ। ਦੁਨੀਆ ਭਾਰਤ 'ਤੇ ਕਰਦੀ ਹੈ ਭਰੋਸਾ। ਅਸ਼ਵਨੀ ਵੈਸ਼ਨਵ ਨੇ ਮੁੜ ਤੋਂ ਸਾਂਭਿਆ ਰੇਲ ਮੰਤਰਾਲਾ। ਦੂਜੀ ਵਾਰ ਬਣੇ ਨੇ ਰੇਲ ਮੰਤਰੀ। ਅਸ਼ਵਨੀ ਵੈਸ਼ਨਵ ਕੋਲ ਆਈਟੀ ਅਤੇ ਸੂਚਨਾ ਪ੍ਰਸਾਰਣ ਮੰਤਰਾਲਾ ਵੀ। ਬੋਲੇ ਪ੍ਰਧਾਨ ਮੰਤਰੀ ਨੇ ਰੇਲਵੇ ਦੇ ਵਿੱਚ ਕਈ ਸੁਧਾਰ ਕੀਤੇ। ਰੇਲਵੇ 'ਤੇ ਪੀਐਮ ਦਾ ਬਹੁਤ ਫੋਕਸ। ਹਰਦੀਪ ਪੁਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਸੰਭਾਲਿਆ ਚਾਰਜ। ਪੁਰੀ ਬੋਲੇ ਪੈਟਰੋਲ ਡੀਜ਼ਲ ਨੂੰ GST ਦਾਇਰੇ ਦੇ ਵਿੱਚ ਲਿਆਉਣ ਦੇ ਯਤਨ ਜਾਰੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਅਜੇ ਮੁਸ਼ਕਿਲ। ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਸਾਂਭਿਆ ਵਾਤਾਵਰਣ ਮੰਤਰਾਲੇ ਦਾ ਚਾਰਜ। ਪਹਿਲੀ ਵਾਰ ਰਾਜਸਥਾਨ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਭੁਪਿੰਦਰ ਯਾਦਵ ਦੂਜੀ ਵਾਰ ਬਣੇ ਨੇ ਕੇਂਦਰੀ ਮੰਤਰੀ। 9 ਜੂਨ ਨੂੰ ਮੰਤਰੀ ਵਜੋਂ ਚੁੱਕੀ ਸੀ ਸਹੁੰ। ਅਰਜੁਨ ਰਾਮ ਮੇਘਵਾਲ ਨੇ ਸਾਂਭਿਆ ਕਾਨੂੰਨ ਮੰਤਰਾਲਾ। ਲਗਾਤਾਰ ਦੂਜੀ ਵਾਰ ਕਾਨੂੰਨ ਮੰਤਰੀ ਬਣੇ ਨੇ ਅਰਜੁਨ ਮੇਘਵਾਲ। ਜੋਤੀਰਾਦਿੱਤਿਆ ਸਿੰਧੀਆ ਨੇ ਦੂਰਸੰਚਾਰ ਮੰਤਰਾਲੇ ਦਾ ਲਿਆ ਚਾਰਜ। ਅਹੁਦਾ ਸੰਭਾਲਣ ਤੋਂ ਬਾਅਦ ਬੋਲੇ ਸਿੰਧੀਆ, ਪਿਛਲੇ 10 ਸਾਲਾਂ ਦੇ ਵਿੱਚ ਆਈ ਕ੍ਰਾਂਤੀ। ਚਿਰਾਗ ਪਾਸਵਾਨ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਲਿਆ ਚਾਰਜ। ਬੋਲੇ ਪ੍ਰਧਾਨ ਮੰਤਰੀ ਵਜੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ। ਆਉਣ ਵਾਲਾ ਸਮਾਂ ਫੂਡ ਪ੍ਰੋਸੈਸਿੰਗ ਦਾ। ਜਯੰਤ ਚੌਧਰੀ ਨੇ ਸਾਂਭਿਆ ਹੁਨਰ ਵਿਕਾਸ ਮੰਤਰਾਲਾ। ਜਯੰਤ ਚੌਧਰੀ ਦੇ ਕੋਲ ਹੈ ਸਿੱਖਿਆ ਰਾਜ ਮੰਤਰੀ ਦੀ ਵੀ ਜ਼ਿੰਮੇਵਾਰੀ। ਗਿਰੀਰਾਜ ਸਿੰਘ ਨੇ ਟੈਕਸਟਾਈਲ ਮੰਤਰਾਲੇ ਦਾ ਸੰਭਾਲਿਆ ਚਾਰਜ। ਤੇਜਸਵੀ ਯਾਦਵ ਨੇ ਬੋਲਿਆ ਹਮਲਾ। ਤੇਜਸਵੀ ਨੂੰ ਮੰਤਰਾਲੇ ਦਾ ਗਿਆਨ ਹੈ। ਤੇਜਸਵੀ ਦੀ ਸਮਝ ਤੋਂ ਬਾਹਰ ਹੈ ਖੇਤੀਬਾੜੀ ਪਸ਼ੂ ਪਾਲਣ ਮੰਤਰਾਲਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਕੀਤੀ ਮੁਲਾਕਾਤ। ਦਿੱਲੀ ਸਥਿਤ ਗਡਕਰੀ ਦੀ ਰਿਹਾਇਸ਼ 'ਤੇ ਜਾ ਕੇ ਦਿੱਤੀਆਂ ਸ਼ੁਭਕਾਮਨਾਵਾਂ। ਵੈਨਕੂਵਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਦਾ ਬਿਆਨ, ਸਾਡਾ ਸਟੈਂਡ ਬਿਲਕੁਲ ਸਪਸ਼ਟ। ਕੈਨੇਡਾ ਦੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨਾ ਸਵੀਕਾਰ ਨੇ। ਪਿਛਲੇ ਹਫ਼ਤੇ ਕੱਢੀ ਗਈ ਸੀ ਝਾਕੀ। ਹਰਿਆਣਾ ਦੇ ਕੈਥਲ ਦੇ ਵਿੱਚ ਸਿੱਖ ਸ਼ਖਸ ਦੀ ਕੁੱਟਮਾਰ, ਪੀੜਤ ਦਾ ਇਲਜ਼ਾਮ। ਦੋ ਬਾਈਕ ਸਵਾਰਾਂ ਨੇ ਕਿਹਾ ਖਾਲਿਸਤਾਨੀ। ਇੱਟਾਂ ਦੇ ਨਾਲ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ। ਸਿੱਖਾਂ ਅਤੇ ਪਾਕਿਸਤਾਨੀ ਕ੍ਰਿਕਟਰ ਦੀ ਵਿਵਾਦਿਤ ਟਿੱਪਣੀ 'ਤੇ ਭੜਕੇ ਹਰਭਜਨ ਸਿੰਘ। ਬੋਲੇ, ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਪੜ੍ਹੋ ਸਿੱਖਾਂ ਦਾ ਇਤਿਹਾਸ। ਭੱਜੀ ਦੀ ਝਾੜ ਤੋਂ ਬਾਅਦ ਕਾਮਰਾਨ ਨੇ ਮੰਗੀ ਮਾਫ਼ੀ। ਨੀਟ ਕਾਉਂਸਲਿੰਗ 'ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ। ਨੈਸ਼ਨਲ ਟੈਸਟਿੰਗ ਏਜੰਸੀ ਨੂੰ ਜਾਰੀ ਕੀਤਾ ਨੋਟਿਸ, ਕਿਹਾ ਐਗਜ਼ਾਮ ਦੀ ਪਵਿੱਤਰਤਾ ਹੋਈ ਪ੍ਰਭਾਵਿਤ। ਅਨੁਜ ਥਾਪਨ ਮੌਤ ਕੇਸ ਦੇ ਵਿੱਚ ਸਲਮਾਨ ਖਾਨ ਨੂੰ ਰਾਹਤ। ਹਾਈਕੋਰਟ ਨੇ ਮਾਮਲੇ ਦੇ ਵਿੱਚ ਸਲਮਾਨ ਖਾਨ ਦਾ ਨਾਂ ਹਟਾਉਣ ਦੇ ਦਿੱਤੇ ਨਿਰਦੇਸ਼। ਸਲਮਾਨ ਦੇ ਘਰ ਫਾਇਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਮੁਲਜ਼ਮ ਦੀ ਪੁਲਿਸ ਕਸਟਡੀ ਦੇ ਵਿੱਚ ਹੋਈ ਸੀ ਮੌਤ। ਚੰਡੀਗੜ੍ਹ 'ਚ ਟਾਵਰ 'ਤੇ ਚੜ੍ਹੇ ਨੌਜਵਾਨ ਨੂੰ ਉਤਾਰਿਆ ਗਿਆ ਹੇਠਾਂ। ਪੁਲਿਸ ਨੇ ਹਾਈਡ੍ਰੋਲਿਕ ਕਰੇਨ ਦੀ ਮਦਦ ਦੇ ਨਾਲ ਉਤਾਰਿਆ। ਜ਼ਮੀਨ ਵਿਵਾਦ ਨੂੰ ਲੈ ਕੇ ਸੀਐਮ ਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਜ਼ਿੱਦ। ਮੱਧ ਪ੍ਰਦੇਸ਼ ਦੇ ਧਾਰ ਦੇ ਵਿੱਚ ਪਾਈਪ ਫੈਕਟਰੀ ਦੇ ਵਿੱਚ ਉੱਠੀ ਅੱਗ ਦੇ ਭਾਂਬੜ। ਫੈਕਟਰੀ ਦੇ ਵਿੱਚ ਤੇਜ਼ੀ ਦੇ ਨਾਲ ਫੈਲੀ ਅੱਗ, 10 ਕਿਲੋਮੀਟਰ ਦੂਰ ਤੋਂ ਵੀ ਦੇਖਿਆ ਧੂੰਏ ਦਾ ਗੁਬਾਰ।
ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ, ਇਲਾਕੇ ਦੇ ਵਿੱਚ ਮਚੀ ਹਫੜਾ ਦਫੜੀ। ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ। ਰਾਜਸਥਾਨ ਦੇ ਦੌਸਾ ਦੇ ਵਿੱਚ ਭਿਆਨਕ ਹਾਦਸਾ, ਐਕਸਪ੍ਰੈਸ ਵੇ 'ਤੇ ਬੇਕਾਬੂ ਕਾਰ ਨੇ ਖਾਧੀਆਂ ਪਲਟੀਆਂ, ਇੱਕ ਦੀ ਮੌਤ, ਕਈ ਜ਼ਖਮੀ। ਜਲੰਧਰ 'ਚ ਏਸੀ ਬਲਾਸਟ ਹੋਣ ਦੇ ਨਾਲ ਮਕਾਨ ਦੇ ਵਿੱਚ ਲੱਗੀ ਭਿਆਨਕ ਅੱਗ, ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜਿਆ, ਜਾਨੀ ਨੁਕਸਾਨ ਤੁਰਿਆ ਬਚਾ। ਧੂਰੀ ਦੇ ਮਲੇਰਕੋਟਲਾ ਰੋਡ 'ਤੇ MM ਇੰਟਰਪ੍ਰਾਈਜ਼ ਕਾਰ ਅਸੈਸਰੀ ਦੀ ਦੁਕਾਨ 'ਤੇ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ, ਸ਼ਾਰਟ ਸਰਕਟ ਦੱਸੀ ਜਾ ਰਹੀ ਅੱਗ ਲੱਗਣ ਦੀ ਵਜ੍ਹਾ। ਭਵਾਨੀਗੜ੍ਹ ਦੇ ਵਿੱਚ ਇੱਕ ਟਰੱਕ ਦੀ ਚਪੇਟ ਦੇ ਵਿੱਚ ਆਈ 29 ਸਾਲ ਦੀ ਕੁੜੀ, ਮੌਕੇ 'ਤੇ ਤੋੜਿਆ ਦਮ। ਪੁਲਿਸ ਨੇ ਪਰਿਵਾਰ ਨੂੰ, ਚਾਲਕ ਨੂੰ ਜਲਦ ਕਾਬੂ ਕਰਨ ਦਾ ਦਿੱਤਾ ਭਰੋਸਾ। ਨੰਗਲ ਦੇ ਪਿੰਡ ਭਨੂਪਲੀ ਦੇ ਕੋਲ ਟਰੱਕ ਅਤੇ ਪਿਕਅੱਪ ਦੇ ਵਿਚਾਲੇ ਹੋਈ ਜ਼ਬਰਦਸਤ ਟੱਕਰ, ਹਾਦਸੇ ਤੋਂ ਬਾਅਦ ਭੜਕੇ ਪਿਕਅੱਪ ਚਾਲਕ ਨੇ ਟਰੱਕ ਡਰਾਈਵਰ ਦੀ ਕੀਤੀ ਕੁੱਟਮਾਰ, ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ। ਗੜਸ਼ੰਕਰ ਦੇ ਪਿੰਡ ਟੋਰੋਵਾਲ ਦੇ ਵਿੱਚ ਕੈਂਟਰ ਪਲਟਣ ਦੇ ਨਾਲ 3 ਲੋਕਾਂ ਦੀ ਮੌਤ, ਬ੍ਰੇਕ ਫੇਲ ਹੋਣ 'ਤੇ ਪਲਟਿਆ ਸੀ ਟੈਂਕਰ, ਗੁਰਦੁਆਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਵਾਪਸ। ਜਲੰਧਰ ਪਠਾਨਕੋਟ ਹਾਈਵੇ 'ਤੇ ਟਿੱਪਰ ਹੇਠ ਆਏ ਬਾਈਕ ਸਵਾਰ ਪਤੀ ਪਤਨੀ, ਪਤਨੀ ਦੀ ਮੌਕੇ 'ਤੇ ਹੋਈ ਮੌਤ, ਪਤੀ ਦਾ ਚੱਲ ਰਿਹਾ ਇਲਾਜ, ਪਿੰਡ ਵਾਸੀਆਂ ਨੇ ਹਾਈਵੇ ਕੀਤਾ ਜਾਮ। ਪਠਾਨਕੋਟ ਦੇ ਪਿੰਡ ਮੱਟੀ ਦੇ ਵਿੱਚ ਵਿਆਹੁਤਾ ਦੀ ਮੌਤ, ਪਤੀ 'ਤੇ ਕੁੱਟਮਾਰ ਕਰ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ, ਪੇਕੇ ਪਰਿਵਾਰ ਨੇ ਲਗਾਏ ਦਾਜ ਦੇ ਲਈ ਕਤਲ ਕਰਨ ਦੇ ਇਲਜ਼ਾਮ। ਤਰਨ ਤਾਰਨ ਦੇ ਪਿੰਡ ਪੰਜਵੜ ਦੇ ਸ਼ਖਸ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਨਹਿਰ ਤੋਂ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ। ਪਰਿਵਾਰ ਨੇ ਪੁਲਿਸ ਨੂੰ ਗੁੰਮਸ਼ੁਦਾ ਦੀ ਰਿਪੋਰਟ ਦੇਣ ਦੇ ਬਾਵਜੂਦ ਕਾਰਵਾਈ ਨਾ ਕਰਨ ਦੇ ਲਗਾਏ ਇਲਜ਼ਾਮ। ਬਾਰਡਰ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਅੰਮ੍ਰਿਤਸਰ ਪੁਲਿਸ ਨੇ ਕੀਤੇ ਕਾਬੂ, 7.5 ਕਿਲੋ ਹੈਰੋਇਨ ਸਣੇ 2 ਮੁਲਜ਼ਮ ਗ੍ਰਿਫਤਾਰ, 16 ਕਾਰਤੂਸ ਅਤੇ 1 ਮੋਟਰਸਾਈਕਲ ਵੀ ਬਰਾਮਦ। ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਕੀਤੀ ਜਾ ਰਹੀ ਸੀ ਨਸ਼ਾ ਤਸਕਰੀ। ਬਠਿੰਡਾ 'ਚ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਡਾਕਟਰ, ਸ਼ੇਅਰ ਮਾਰਕੀਟ ਦੇ ਨਾਮ 'ਤੇ ਡਾਕਟਰ ਦੇ ਨਾਲ ਠੱਗੀ, ਐਪ ਰਾਹੀਂ ਖਾਤੇ ਦੇ ਵਿੱਚੋਂ ਟ੍ਰਾਂਸਫਰ ਕਰਵਾਏ ਗਏ 6 ਕਰੋੜ ਰੁਪਏ। ਪੁਲਿਸ ਨੇ ਕੰਪਨੀ ਦੇ ਖਿਲਾਫ਼ ਮਾਮਲਾ ਕੀਤਾ ਦਰਜ। ਲੁਧਿਆਣਾ 'ਚ 3 ਲੁਟੇਰਿਆਂ ਨੇ ਪ੍ਰਵਾਸੀ ਨੌਜਵਾਨ ਨੂੰ ਬਣਾਇਆ ਨਿਸ਼ਾਨਾ, 73 ਹਥਿਆਰ ਦੀ ਨੋਕ 'ਤੇ ਕੀਤੀ ਲੁੱਟ, ਬਦਮਾਸ਼ਾਂ ਨੇ ਹਥਿਆਰ ਦੇ ਨਾਲ ਕੀਤਾ ਹਮਲਾ, ਪੇਟ ਦੇ ਸਿਰ ਦੇ ਵਿੱਚ ਲੱਗੇ 16 ਟਾਂਕੇ। ਮੋਗਾ 'ਚ ਚੋਰਾਂ ਨੇ ਇੱਕ ਦੁਕਾਨ ਨੂੰ ਬਣਾਇਆ ਨਿਸ਼ਾਨਾ, ਗੱਲੇ ਦੇ ਵਿੱਚੋਂ 15,000 ਦੀ ਨਕਦੀ ਲੈ ਕੇ ਹੋਏ ਫਰਾਰ, CCTV ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਬਠਿੰਡਾ 'ਚ ਚੋਰਾਂ ਨੇ ਇਲੈਕਟ੍ਰੋਨਿਕ ਦੇ ਸ਼ੋਰੂਮ ਦੇ ਵਿੱਚ ਕੀਤੀ ਚੋਰੀ, AC, TV ਅਤੇ ਫਰਿੱਜ ਮੋਬਾਈਲ ਲੈ ਕੇ ਫਰਾਰ ਹੋਏ ਚੋਰ, ਘਟਨਾ CCTV ਦੇ ਵਿੱਚ ਹੋਈ ਕੈਦ। ਫਾਜ਼ਿਲਕਾ ਪੁਲਿਸ ਨੇ ਮੰਦਰ ਦੀ ਗੋਲਕ ਚੋਰੀ ਕਰਨ ਵਾਲੇ 2 ਸਕੇ ਭਰਾਵਾਂ ਨੂੰ ਕੀਤਾ ਗ੍ਰਿਫਤਾਰ, 1,000 ਰੁਪਏ ਦੀ ਨਕਦੀ ਅਤੇ ਐਕਟਿਵਾ ਬਰਾਮਦ, ਨਗਰ ਕੌਂਸਲਰ ਦੇ ਬੇਟੇ ਦੱਸੇ ਜਾ ਰਹੇ ਨੇ ਫੜੇ ਹੋਏ ਨੌਜਵਾਨ, ਪੁਲਿਸ ਵੱਲੋਂ 3 ਸਾਥੀ ਦੀ ਤਲਾਸ਼ ਜਾਰੀ। ਦਸੂਹਾ ਦੇ ਕਸਬਾ ਉੱਚੀ ਵਾਸੀ ਦੇ ਵਿੱਚ ਚੋਰਾਂ ਨੇ ਮਚਾਇਆ ਆਤੰਕ, ਇੱਕੋ ਰਾਤ ਦੇ ਵਿੱਚ 4 ਘਰਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਹੋਏ ਫਰਾਰ। ਬਠਿੰਡਾ ਦੇ ਪੌਸ਼ ਇਲਾਕੇ ਦੇ ਵਿੱਚ ਕਾਰ ਚੋਰੀ ਕਰਕੇ ਫਰਾਰ ਹੋ ਰਹੇ ਚੋਰ ਦਾ ਪਿੱਛਾ ਕਰ ਰਹੀ ਪੁਲਿਸ ਨੇ ਕੀਤਾ ਕਾਬੂ, ਮੁਸਤੈਦੀ ਦਿਖਾਉਣ ਦੇ ਲਈ ਵਿਭਾਗ ਨੇ ਕੀਤਾ 2 ਪੁਲਿਸ ਮੁਲਾਜ਼ਮਾਂ ਦਾ ਸਨਮਾਨ। ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ ਆਪਸ ਦੇ ਪਿਛੜੇ ਭਿੜੇ 2 ਗੁੱਟ, ਹੰਗਾਮੇ ਦੇ ਦੌਰਾਨ ਭੰਨੀਆਂ ਕਈ ਗੱਡੀਆਂ, ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ CCTV ਫੁਟੇਜ। ਸਮਾਣਾ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਮੋਟਰਾਂ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ, ਮੁਲਜ਼ਮ ਚਿੱਟੇ ਦੇ ਆਦੀ ਨੇ, ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਹਾਸਲ ਕੀਤਾ ਰਿਮਾਂਡ। ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਪਿੰਡ ਮੂਸੇ ਦੇ ਵਿੱਚ ਲਗਾਇਆ ਫ੍ਰੀ ਕੈਂਸਰ ਚੈੱਕਅਪ ਕੈਂਪ, ਲੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਨਿੱਕੇ ਮੂਸੇਵਾਲਾ ਅਤੇ ਮਾਤਾ ਚਰਨ ਕੌਰ ਦੇ ਨਾਲ ਕੱਟਿਆ ਕੇਕ।